ਅੰਮ੍ਰਿਤਸਰ ਗੁਰਦੁਆਰੇ ਦੇ ਅੰਦਰ ਮੁਸਲਮਾਨਾਂ ਨੇ ਪੜ੍ਹੀ ਨਮਾਜ਼, ਸਿੱਖ ਭਰਾਵਾਂ ਨੇ ਪੂਰੀ ਦੁਨੀਆ ਨੂੰ ਦਿੱਤਾ ਮਸਾਵਾਤ, ਅਖੂਵਤ ਅਤੇ ਬਰਾਬਰੀ ਦਾ ਪੈਗਾਮ। ਅੱਜ ਦੀ ਵੀਡੀਓ 'ਚ ਦੇਖਦੇ ਹਾਂ ਅਤੇ ਰਿਵਿਊ ਬਾਅਦ 'ਚ ਕਰਨੇ ਹਾਂ ਕਿ ਕਿਸ ਤਰ੍ਹਾਂ ਗੁਰਦੁਆਰੇ ਦੇ ਵਿੱਚ ਮੁਸਲਮਾਨਾਂ ਨੂੰ ਨਮਾਜ਼ ਪੜ੍ਹਨ ਦੀ ਇਜਾਜ਼ਤ ਦਿੱਤੀ ਗਈ। وصحابه وسلم، أما بعد، الحمد لله رب العالمين الرحمن الرحيم مالك يوم الدين إياك نعبد وإياك نستعين برحمتك يا أرحم الراحمين. تمام جو انسان ہے وہ ان سے بنے، محبت سے بنے ہوئے. ہم تمام، ہر آدمی اپنے مذہب پر آزاد ہے. تمام مذہب آپس میں بھائی چارہ اور پیار اور محبت سے رہنے کے لیے سکھاتا ہے. یہی ہماری قرآن اور گنت اور گیتا سب ہی سکھاتی ہے کہ آپس میں تمام لوگ مل جل کر کے رہے. بہت اچھا محسوس ہوا، جو یہاں کے جو انتظامیہ ہے انہوں نے بہت ہمارا تعاون کیا، ہر طریقے سے ہمارے ساتھ رہے. ماشاء اللہ بہت طبیعت خوش ہوئی اور ہم ان تمام کا شکریہ ادا کرتے ہیں جنہوں نے کیتی ہے. جڑی دا ਬਹੁਤ ਚੰਗਾ ਲੱਗਾ, ਕਿਉਂਕਿ ਗੁਰੂ ਰਾਮਦਾਸ ਦੇ ਚਾਰ ਦਰਵਾਜ਼ੇ ਰੱਖ ਕੇ ਸਾਰੇ ਧਰਮਾਂ ਨੂੰ ਸੱਦਾ ਦਿੱਤਾ ਵੀ ਆਓ ਜੀ ਆਇਆਂ ਨੂੰ, ਪਾਤਸ਼ਾਹ ਦੇ ਦਰ ਤੇ ਆਏ ਆ, ਅਸੀਂ ਵੀ ਚਾਹੁੰਦੇ. ਬਹੁਤ ਸਾਨੂੰ ਚੰਗਾ ਲੱਗਾ. ਸਰਬ ਸਾਂਝੀ ਬਾਲਤਾ ਦੇ ਜਿਹੜੀ ਗੁਰੂ ਸਾਹਿਬ ਨੇ ਵੀ ਇਸ ਚੀਜ਼ ਨੂੰ ਕਿਹਾ ਵੀ ਸਾਰੇ ਧਰਮ ਤੇ ਸਾਰੇ ਮਨੁੱਖ ਇੱਕ ਨੇ, ਇੱਕ ਪਰਮਾਤਮਾ ਨੂੰ ਯਾਦ ਕਰੀਏ. ਤੇ ਉਹਨਾਂ ਨੇ ਆਪਣਾ ਜਿਹੜਾ ਧਰਮ ਦੇ ਕੀਤੇ ਨਾਲ ਇੱਥੇ ਜਿਹੜੀ ਨਮਾਜ਼ ਅਦਾ ਕੀਤੀ ਆ, ਸਾਰੇ ਮੁਲਕ ਦੇ ਵਿੱਚ ਅਮਨ ਅਮਾਨ ਹੋਵੇ, ਸ਼ਾਂਤੀ ਹੋਵੇ, ਉਸ ਨੂੰ ਲੈ ਕੇ ਇਹਨਾਂ ਨੇ ਪ੍ਰੇ ਕੀਤੀ ਆ ਤਾਂ ਕਿ ਸਾਰਿਆਂ ਨੂੰ ਸ਼ਾਂਤੀ ਮਿਲ ਸਕੇ. ਇਹ ਸੀ ਦੋਸਤੋ ਅੱਜ ਦੀ ਵੀਡੀਓ, ਅਤੇ ਇਸ ਵੀਡੀਓ ਦੇ ਅੰਦਰ ਦੇਖਿਆ ਕਿ ਮੁਸਲਮਾਨਾਂ ਨੇ ਅੰਮ੍ਰਿਤਸਰ ਗੁਰਦੁਆਰੇ ਦੇ ਅੰਦਰ ਨਮਾਜ਼ ਅਦਾ ਕੀਤੀ. ਅਤੇ ਮਾਸ਼ਾਅੱਲਾ ਕਿੱਡਾ ਵੱਡਾ ਸਿੱਖਾਂ ਦਾ ਦਿਲ ਹੈ ਕਿ ਉਹਨਾਂ ਨੇ ਆਪਣੇ ਗੁਰਦੁਆਰੇ ਦੇ ਅੰਦਰ ਮੁਸਲਮਾਨਾਂ ਨੂੰ ਇਜਾਜ਼ਤ ਦਿੱਤੀ ਕਿ ਆਓ ਇੱਥੇ ਨਮਾਜ਼ ਪੜ੍ਹੋ, ਤਾਂ ਕਿ ਪੂਰੀ ਦੁਨੀਆ ਨੂੰ ਮੁਹੱਬਤ, ਭਾਈਚਾਰੇ, ਅਖੂਵਤ ਦਾ ਆਧਾਰ ਦਾ ਇੱਕ ਸਬਕ ਜਾਵੇ, ਇੱਕ ਪੈਗਾਮ ਜਾਵੇ. ਅਤੇ ਮੈਂ ਕੁਰਬਾਨ ਜਾਵਾਂ ਸਿੱਖਾਂ 'ਤੇ ਕਿ ਉਹਨਾਂ ਦਾ ਕਿੱਡਾ ਵੱਡਾ ਦਿਲ ਹੈ ਕਿ ਉਹਨਾਂ ਨੇ ਮੁਸਲਮਾਨ ਭਰਾਵਾਂ ਦੇ ਨਾਲ ਆਪਣੀ ਸਾਂਝ ਜਿਤਾਈ. ਉਹਨਾਂ ਨੇ ਆਖਿਆ ਕਿ ਤੁਸੀਂ ਅਤੇ ਅਸੀਂ ਇਹ ਭਰਾ ਵਾਂ ਅਤੇ ਤੁਸੀਂ ਪਰੇਸ਼ਾਨ ਨਹੀਂ ਹੋਣਾ. ਅਤੇ ਬੜੀ ਗੱਲ ਹੈ, ਅਤੇ ਬੜੀ ਅੱਛੀ ਗੱਲ ਹੈ ਕਿ ਇਸ ਤਰ੍ਹਾਂ ਲੋਕਾਂ ਦੇ ਵਿੱਚ ਪਿਆਰ, ਮੁਹੱਬਤ, ਅਖੂਵਤ, ਭਾਈਚਾਰਾ, ਮੁਹੱਬਤ, ਸ਼ਫਕਤ, ਰਹਿਮਦਿਲੀ, ਸਾਰਾ ਇਹ ਬੰਦੇ ਦੇ ਦਿਲਾਂ 'ਚ ਇਹ ਚੀਜ਼ਾਂ ਆਉਂਦੀਆਂ ਜਦੋਂ ਇਸ ਤਰ੍ਹਾਂ ਵੇਖਦੇ ਹਾਂ ਕਿ ਗੁਰਦੁਆਰੇ ਦੇ ਅੰਦਰ ਮੁਸਲਮਾਨ ਨਮਾਜ਼ ਪੜ੍ਹਦੇ ਹੋਣ. ਉੱਥੇ ਬਕਾਇਦਾ ਅਜ਼ਾਨ ਦਿੱਤੀ ਗਈ ਅਤੇ ਅਜ਼ਾਨ ਤੋਂ ਬਾਅਦ ਉੱਥੇ ਇਕਾਮਤ ਕੀਤੀ ਗਈ. ਫਿਰ ਉਸ ਤੋਂ ਬਾਅਦ ਸਾਰਿਆਂ ਨੇ ਸਿੱਖ ਕਮਿਊਨਿਟੀ ਵਾਸਤੇ ਅਤੇ ਮੁਸਲਮਾਨਾਂ ਨੇ ਇੱਕ ਦੂਸਰੇ ਵਾਸਤੇ ਪਿਆਰ ਮੁਹੱਬਤ ਦਾ ਇੱਕ ਪੈਗਾਮ ਪੂਰੀ ਦੁਨੀਆ ਨੂੰ ਸਾਂਝਾ ਕੀਤਾ. ਅਤੇ ਮੈਨੂੰ ਇਹ ਵੀਡੀਓ ਬਹੁਤ ਚੰਗੀ ਲੱਗੀ. ਅਗਰ ਕੋਈ ਤੁਹਾਨੂੰ ਇਹਦੇ ਬਾਰੇ ਕੋਈ ਵੀਡੀਓ ਚੰਗੀ ਲੱਗੀ ਹੋਈ ਤਾਂ ਤੁਸੀਂ ਕਮੈਂਟ 'ਚ ਜ਼ਰੂਰ ਦੱਸਣਾ ਹੈ. ਮੈਨੂੰ ਤਾਂ ਬੜੀ ਅੱਛੀ ਫੀਲਿੰਗ ਆਈ ਇਹ ਵੀਡੀਓ ਦੇਖ ਕੇ. ਅਤੇ ਮਿਲਦੇ ਹਾਂ ਕੱਲ੍ਹ ਇੱਕ ਨਵੀਂ ਵੀਡੀਓ 'ਚ. ਆਪਣਾ ਤੁਸੀਂ ਖਿਆਲ ਰੱਖਣਾ, ਮੈਨੂੰ ਦੁਆਵਾਂ 'ਚ ਯਾਦ ਰੱਖਣਾ. ਬਹੁਤ ਸਾਰਾ ਪਿਆਰ. ਅੱਲਾ ਹਾਫਿਜ਼.